ਹਵਾ ਜੀ ਮੈਂ ਕੀਤਾ ਭਾਈ ਅੰਦਰ ਪੜਿਆ ਸਰ ਹੁਸੈਨ ਨੂੰ ਲੈ ਕੇ ਗੁਸਲ ਦਿੰਦਾ ਜੇ ਮੇਰੇ ਇਮਾਮ ਦੀਆਂ ਜ਼ੁਲਫਾਂ 'ਚ ਕੰਘੀਆਂ ਕਰਦਾ ਏ ਮੇਰੇ ਇਮਾਮ ਦੀ ਪਿਸ਼ਾਨੀ ਚਮਦਾ ਏ ਆਂਦਾ ਹੁਸੈਨ ਕਿਸਮਤ ਮਾੜੀ ਆ ਹਜੇ ਤੀਆਂ ਰੁੱਲ ਗਈਆਂ ਨੀ ਹਜੇ ਤੀਆਂ ਰੁੱਲ ਗਈਆਂ ਨੀ ਹਜੇ ਬਾਜ਼ਾਰਾਂ 'ਚ ਆ ਗਈਆਂ ਨੀ ਹਜੇ ਸਕੀਨਾ ਵੀ ਰੋਂਦੀ ਆ ਹੁਸੈਨ ਮਦੀਨੇ ਵਾਲੇ ਜਾਣਦੇ ਨੇ ਤੇਰਾ ਮਕਾਮ ਕੀ ਏ ਹੈ ਕੰਬਦ ਖਜ਼ਰਾ ਆਲਾ ਤੇਰਾ ਨਾਨਾ ਜਾਣਦਾ ਏ ਹੁਸੈਨ ਕੀ ਏ ਰੱਬੇ ਕਾਬਾ ਦੀ ਕਸਮ ਰੋਣ ਵਾਲਿਆ ਜੁਮਲੇ ਸੁਣਿਆ ਰੇ ਸਾਰੀ ਰਾਤ ਸਰੇ ਹੁਸੈਨ ਲੈ ਗਏ ਨਾਲੇ ਰੋਂਦਾ ਰਿਹਾ ਜੇ ਨਾਲੇ ਹੱਥ ਬੰਨਦਾ ਰਿਹਾ ਏ ਆਂਦਾ ਮੁਸਲਮਾਨਾ ਬੜਾ ਜ਼ੁਲਮ ਕਮਾਇਆ ਜੇ ਹੋਏ ਆਪਣੇ ਨਬੀ ਦੀ ਆਲ ਜ਼ਿਬਾ ਕਰ ਛੱਡੀ ਜੇ ਹੋਏ ਆਪਣੇ ਮੁਹੰਮਦ ਦੇ ਬੱਚੇ ਜ਼ਿਬਾ ਘਰ ਛੱਡੇ ਜੇ ਹੋਏ ਬੜਾ ਵੱਡਾ ਜ਼ਾਲਮ ਜ਼ੁਲਮ ਕਮਾਇਆ ਰੇ ਸਾਰੀ ਰਾਤ ਰੋਂਦਾ ਰਿਹਾ ਏ ਲੱਭੇ ਹੁਸੈਨ ਹੱਥ ਲਾ ਕੇ ਚੁੰਮਦਾ ਰਿਹਾ ਏ ਮੇਰੇ ਇਮਾਮ ਦੀਆਂ ਜ਼ੁਲਫਾਂ ਸਵਾਰੀਆਂ ਕਰਦਾ ਏ ਬਾਬਾ ਜੀ ਕਦੀ ਦਾੜੀ 'ਚ ਕੰਘੀਆਂ ਕਰਦਾ ਏ ਆਂਦਾ ਨਹੀਂ ਹੁਸੈਨ ਤੇਰੀ ਮਾਂ ਤੋਂ ਕੁਰਬਾਨ ਹੋ ਜਾ ਹੈ ਜਿੰਨੇ ਪੁੱਤਰ ਹੁਸੈਨ ਵਰਗਾ ਜੰਮਿਆ ਏ ਹੁਸੈਨ ਤੇਰੀ ਆਵਾਜ਼ ਤੇਰੇ ਨਾਨੇ ਦੀ ਆਵਾਜ਼ ਤੇਰੀ ਸ਼ਕਲ ਤੇਰੇ ਨਾਨੇ ਦੀ ਸ਼ਕਲ ਏ ਆਓ ਬੂੰਗੇ ਦੀ ਜਾਮਿਆ ਮਸਜਿਦ 'ਚ ਬਹਿਣ ਵਾਲਿਓ ਖੜੇ ਆਉਣ ਵਾਲਿਓ ਬਾਬਾ ਜੀ ਜਦੋਂ ਸਰਗੀ ਦਾ ਵੇਲਾ ਹੋਇਆ ਏ ਸਰੇ ਹੁਸੈਨ ਸਾਹਮਣੇ ਰੱਖ ਕੇ ਰੋਈ ਜਾ ਰਿਹਾ ਏ ਰੋਈ ਜਾ ਰਿਹਾ ਏ ਮੀਆਂ ਮੁਹੰਮਦ ਬਖਸ਼ ਰਹਿਮਤੁਲਾ ਲੈ ਐ ਖੜੀ ਦਾ ਤਾਜਦਾਰ ਬਾਬਾ ਤੜਫੇ ਆਏ ਤੇ ਮੀਆਂ ਸਾਹਿਬ ਆਂਦੇ ਨੇ ਨਾਲੇ ਰੋਂਦਾ ਏ ਨਾਲੇ ਹੱਥ ਬਣ ਕੇ ਆਂਦਾ ਹਿਜਰ ਤੇਰਾ ਛੇ ਪਾਣੀ ਮੰਗੇ ਖੋਨੈ ਨਾ ਦੇ ਆਏ ਹਾਏ ਖੋਨੈ ਨਾ ਦੇ ਖੇੜਾ ਹੈ ਜੀ ਕਰਦਾ ਹੈ ਤੈਨੂੰ ਸਮੇਂ ਨੇ ਬੈਠਾ ਕੇ ਤੇ ਮੈਂ ਦਰਦ ਪੁਰਾਣੇ ਛੇੜਾ ਇਧਰੋਂ ਸਰਗੀ ਦਾ ਵੇਲਾ ਏ ਮੁਸਲਮਾਨ ਬਾਈਓ ਜੁਮਲੇ ਲੈ ਜਾਇਆ ਨੇ ਇਹਨੇ ਸਰੇ ਹੁਸੈਨ ਅੱਗੇ ਹੱਥ ਬੰਨ ਲੈਣੇ ਆਂਦਾ ਯਾ ਹੁਸੈਨ ਵੇਲਾ ਥੋੜਾ ਰਹਿ ਗਿਆ ਏ ਤੁਸਾਂ ਟੁਰ ਜਾਣਾ ਏ ਮੁਸਾਫਰਾਂ ਲੰਘ ਜਾਣਾ ਏ ਅਸਾਂ ਰਹਿ ਜਾਣਾ ਏ ਹੁਸੈਨ ਅੱਜ ਮੇਰੇ ਵੇੜੇ ਆਇਆ ਏ ਅੱਜ ਗੁਨਾਹਗਾਰ ਦੀ ਗੁੱਲੀ 'ਚ ਆਇਆ ਏ ਬਾਬਾ ਜੀ ਅੱਖਾਂ ਬੰਦ ਕਰਕੇ ਰੋ ਰਿਹਾ ਏ ਅਚਾਨਕ ਲੱਭੇ ਹੁਸੈਨ ਵਿੱਚ ਹਰਕਤ ਆਈ ਅਚਾਨਕ ਮੇਰੇ ਇਮਾਮ ਦੇ ਲੱਭ ਹਿੱਲੇ ਨੇ ਤਵੱਜੋ ਜੀ ਅਚਾਨਕ ਮੇਰੇ ਇਮਾਮ ਦੇ ਲੱਭਾਂ 'ਚ ਹਰਕਤ ਆਈ ਏ ਇਹਨੇ ਅੱਖਾਂ ਖੋਲ ਕੇ ਲੱਭੇ ਹੁਸੈਨ ਵੱਲ ਵੇਖਿਆ ਏ ਜ਼ਹਰਾ ਦੇ ਪੁੱਤਰ ਦੇ ਲੱਭਾਂ ਵਿੱਚੋਂ ਆਵਾਜ਼ ਆਈ ਏ ਓਏ ਈਸਾਈਆਂ ਦੇ ਆ ਪਾਦਰੀਆ ਤੇਰੀ ਕਿਸਮਤ ਚੰਗੀ ਏ ਅਲੀ ਦਾ ਪੁੱਤਰ ਤੇਰੇ ਵੇੜੇ ਆ ਗਿਆ ਤੇਰੇ ਨਸੀਬ ਚੰਗੇ ਨੇ ਹੁਸੈਨ ਤੇਰੀ ਗੁੱਲੀ 'ਚ ਆਇਆ ਏ ਹੁਸੈਨ ਤੇਰੇ ਗਿਰਜਾ ਘਰ ਵਿੱਚ ਆਇਆ ਏ ਈਸਾਈਆਂ ਦਾ ਪਾਦਰੀ ਕੰਬਲ ਲੱਗ ਪਿਆ ਏ ਆਖਣ ਲਗਾ ਹੁਸੈਨ ਬਗੈਰ ਤਨ ਤੂੰ ਵੀ ਬੋਲਣਾ ਏ ਬਗੈਰ ਜਿਸਮ ਤੂੰ ਵੀ ਬੋਲਣਾ ਏ ਫਰਮਾਇਆ ਮੈਂ ਉਹਦੀ ਉਲਾਦਾ ਮੇਰਾ ਨਾਨਾ ਇਸ਼ਾਰਾ ਕਰੇ ਪੱਥਰ ਬੋਲ ਪੈਂਦੇ ਮੇਰਾ ਨਾਨਾ ਤਵੱਜੋ ਮੇਰਾ ਨਾਨਾ ਇਸ਼ਾਰਾ ਕਰੇ ਦਰਖਤ ਬੋਲਦੇ ਨੇ ਮੇਰਾ ਨਾਨਾ ਇਸ਼ਾਰਾ ਕਰੇ ਗੂੰਗੇ ਬੋਲਦੇ ਨੇ ਇਸੇ ਵਾਸਤੇ ਅਲਲ ਇਲਾਣਾ ਨਾ ਗੂੰਗਿਆਂ ਨੂੰ ਕੱਲਾ ਕਰਾ ਜਾਣਦਾ ਤਵੱਜੋ ਜੀ ਗੂੰਗਿਆਂ ਨੂੰ ਗੱਲਾਂ ਜਾਣਦਾ ਹੋ ਅਨੇ ਬੋਲਿਆਂ ਨੂੰ ਬੁਲਾ ਜਾਣਦਾ ਉਹ ਪੱਥੀਰਾਂ ਨੂੰ ਕਲਮੇ ਪੜਾ ਜਾਣਦਾ ਉਹ ਪੱਥੀਰਾਂ ਨੂੰ ਕਲਮੇ ਪੜਾ ਜਾਣਦਾ
पादरियां नाने दा कलमा पढ़ा जान दाए। फरमाया पढ़ मेरे नाने दा कलमा। इधर देखी ईसाई पैरां च डिग पिया हाथ बन लेने आखन लगा हुसैन बोल तू जो आखेगा मैं करांगा तू जो बोलेगा मैं पढ़ांगा। फरमाया पढ़ फिर एक बारी कलमे का वीर्द करो अपनी जुबान नाल सारा मजमा फड़ला ला हा इस कलमे तेरा सेने यारे। क्या बात है यार थोड़ी मेहरबान देखी इस कल में तेरा सेने यारे ने इस डोबे दे बेड़े तारे ने इस डोबे दे बेड़े तारे ने सानू दसिया नबी प्यारे ने फड़ला एला। तुहाड़ी आवाज आनी चाहिए एक बारी फड़ला हकला। मस्जिद गवाही दवे जुम्मे वाले दिन बह के आंदे सन फड़ला हक ला ला सच ला। मेरे इमाम ने फरमाया पढ़ कलमा हाथ जो करी इश्क दे वेड़े पढ़ कलमा। ईसाइयां दा मौलवी पादरी कलमा पढ़दा जांदा है अथरू वगांदा जांदा है। कर्बला बयान कर दिया आज मैं रवानगी पढ़नी है कर्बला तो बाद किवें कूफा और शाम दे अंदर आले नबी उलादे अली दा काफला गुजरिया फिर यजीद दरबार तो फिर मदीना शरीफ आले नबी उलादे अली दा काफला गुजरिया। हजरात आले नबी नाल प्यार आले नबी नाल मुहब्बत ये हर बंदे दे वस दी गल नहीं हर बंदे दे वस दी गल नहीं दिल विच भी हुसैन है रूह विच भी हुसैन है। एक बारी बोल सुभान अल्लाह। दिल विच भी हुसैन है रूह विच भी हुसैन है मकसद हुसैन करबला दी जमीन गवाही दे गई है। बाबा जी जदों मैं पिछले जुम्मे शहादत पढ़ी सी हज़रत इमाम अली मकाम दी हज़रत इमाम हुसैन लजपाल सरकार दी बाबा शाम दा वेला आले नबी दे जिसम बेगोरो कफन पे होए ने घोड़े दौड़ गए ने इमाम अली मकाम दा लाशा भी हज़रत अली अकबर दा लाशा हज़रत ओनो मुहम्मद दा लाशा हज़रत गाजी अब्बास दा लाशा हज़रत वाह बिन कलबी दा लाशा हज़रत हबीब बिन मुजाहर दी लाश करबला दी गर्म रेत ते पई है। आखिरी रात है सुबह काफला चला जाएगा। बाबा ज़रा तवज्जो करी दर्द दिल ने तेरी अखियां दा वजू हो गया ते तेरा मस्जिद च आना महफल विच बहना जुम्मे च बहना कबूल हो जाएगा। बाबा आखिरी बारी जिदू काफला तैयार होया ना सैयदादियां दा जनाबे सईदा जैनब सलामुल्लाह अलैह करबला ते आखिरी बारी जनाबे सकीना नू नाल लै के ना अपने वीर दी लाश हज़रत इमाम हुसैन दी लाश ते आईयां हाथ बन के रो रही ने रो के कह रही ने वीरा तेरा इम्तिहान मुक गया है जैनब दा इम्तिहान शुरू हो गया है अज तेरी बहन दा इम्तिहान हमशीरा दा इम्तिहान। बाबा फिर कैसी गल है जनाबे सईदा जैनब सलामुल्लाह अलैह ने हथ बन के जो इमाम अली मकाम हयासन हथ बन के अर्ज की वीरा तेरी सिर ते नाने दी पगड़ी है मेरे सिर ते अम्मा जहरा दी चादर है तू नाने दी पगड़ी ना डिगण दमी मैं अम्मा जहरा दी चादर नहीं डिगण देंगी। वह होर लोग ने जड़े कहंदे ने चादर लुट गई वह होर लोग ने जड़े कहंदे चादर लथ गई और मैं कह चलिया ओए निकमिया जिसकी मां दे सिर दा इक वाल नंगा होवे ते सूरज ना बाहर आवे
ਜਿਹਦਾ ਹਯਾ ਸੂਰਜ ਕਰੇ, ਜਿਹਦਾ ਹਯਾ ਕਾਇਨਾਤ ਦਾ ਜਬਰੀਲ ਕਰੇ ਬਾਬਾ, ਉਹਦੀ ਬੇਟੀ ਦਾ ਨਾਂ ਜਨਾਬੇ ਸੈਦਾ ਜ਼ੈਨਬ ਸਲਾਮੁਲਾ ਅਲੈਹ। ਜਨਾਬੇ ਜ਼ੈਨਬ ਨੇ ਆਖਰੀ ਵਾਲੀ ਵੀਰ ਦੇ ਲਾਸ਼ੇ ਤੇ ਖਲੋ ਗਏ, ਹੱਥ ਬਣ ਕੇ ਰੋ ਰਹੀਆਂ ਨੇ, ਨਾਲੇ ਕਹਿੰਦੀਆਂ ਨੇ ਵੀਰ ਵੇ ਦਰਦ ਦਿਲ ਨਾਲ ਅੱਖ ਬੰਦ ਕਰਕੇ ਜ਼ਰਾ ਕਰਬਲਾ ਦਾ ਤਸਵਰ ਕਰਿਆ ਨੇ, ਲਾਸ਼ਾਂ ਪਈਆਂ ਹੋਈਆਂ ਨੇ, ਅੱਜ ਸਕੀਨਾ ਬਾਪ ਦੇ ਲਾਸ਼ੇ ਨੂੰ ਸਲਾਮ ਕਰਕੇ ਜਾ ਰਹੀ ਹੈ, ਅੱਜ ਜਨਾਬੇ ਜ਼ੈਨਬ ਇਮਾਮੇ ਹੁਸੈਨ ਦੇ ਲਾਸ਼ੇ ਨੂੰ ਸਲਾਮ ਵੀ ਕਰਦੀ ਹੈ। ਹਾਂਜੀ ਇਹ ਵੀਰਾ ਪਤਾ ਨਹੀਂ ਮੈਂ ਮੁੜ ਵਾਪਸ ਆਵਾਂ ਕਿ ਨਾ ਆਵਾਂ, ਪਤਾ ਨਹੀਂ ਮੈਂ ਤੇਰੀ ਲਾਸ਼ 'ਤੇ ਆਵਾਂ ਕਿ ਨਾ ਆਵਾਂ। ਹਜ਼ਰਾ ਜੁਮਲੇ ਸਮਾਧ ਕਰਿਆ ਰਹੀ, ਜਨਾਬੇ ਜ਼ੈਨਬ ਰੋ ਕੇ ਆਉਂਦੀਆਂ ਨੇ ਵੀਰ ਵੇ ਤੇਰੀ ਸੁਗੇਰਾ ਦੇ ਅੱਗ ਵਿੱਚ ਰੋਲੇ ਨੇ, ਅੱਗ ਵਿੱਚ ਰੋਲੇ ਨੇ ਵੀਰ ਵੇ ਮੁੱਕ ਗਏ ਨੇ ਅਰਮਾਨ ਵੀਰ ਤੇਰੇ ਅਥਰੋਂ ਕਬੂਲ ਕਰੇ ਰੋਣ ਵਾਲਿਆ। ਹੇ ਆਲੇ ਨਬੀ ਦਾ ਕਾਫਲਾ ਜਾ ਰਿਹਾ ਏ, ਕਾਫਲਾ ਚੱਲਦਾ ਕੋਫੇ ਆਇਆ ਏ, ਹਜ਼ਰਾ ਜੁਮਲੇ ਸਮਾਧ ਕਰ ਜਾਇਆ ਰੇ, ਜਨਾਬੇ ਸੈਦਾ ਜ਼ੈਨਬ ਦਾ ਕਾਫਲਾ ਆ ਰਿਹਾ ਏ, ਇਮਾਮੇ ਸਜਾਦ ਵੀ ਨਾਲ ਨੇ, ਜਨਾਬੇ ਉਮੇ ਲੈਲਾ ਵੀ ਨਾਲ ਨੇ, ਜਨਾਬੇ ਸ਼ਹਿਰਵਾਨੋ ਵੀ ਨਾਲ ਨੇ, ਹਜ਼ਰਾ ਜੁਮਲੇ ਸਮਾਧ ਕਰਿਆ ਰੇ। ਜਦੋਂ ਕੋਫੇ ਦੇ ਬਾਜ਼ਾਰ ਅੰਦਰ ਆਲੇ ਨਬੀ ਦਾ ਕਾਫਲਾ ਆਇਆ ਏ, ਯਜ਼ੀਦੀ ਨਾਰੇ ਪੇ ਮਾਰਦੇ ਨੇ, ਯਜ਼ੀਦ ਜਿੱਤ ਗਿਆ ਏ, ਹੁਸੈਨ ਹਰ ਗਿਆ ਵੇ, ਯਜ਼ੀਦ ਬਾਜ਼ੀ ਮਾਰ ਗਿਆ ਵੇ, ਹੁਸੈਨ ਹਰ ਗਿਆ ਵੇ। ਉੱਥੇ ਅਲੀ ਦੀ ਸ਼ਹਜ਼ਾਦੀ ਬੋਲੀ ਏ, ਉੱਥੇ ਹੁਸੈਨ ਦੀ ਅਮਸ਼ੇਰ ਬੋਲੀ ਏ, ਫਰਮਾਇਆ ਖਮੋਸ਼ ਹੋ ਜਾਓ, ਹੋਏ ਯਜ਼ੀਦੀਆਂ ਦੇ ਨਾਰੇ ਮਾਰਨ ਵਾਲਿਆ, ਹੋਏ ਯਜ਼ੀਦੀਆਂ ਦੇ ਗੀਤ ਗਾਉਣ ਵਾਲਿਆ, ਅੱਲਾ ਦੀ ਕਸਮ ਸਿਆਲਕੋਟ ਦੀ ਜਾਮਿਆ ਮਸਜਿਦ ਚ ਬੈਣ ਵਾਲਿਆ। ਜਦੋਂ ਅਲੀ ਦੀ ਸ਼ਹਜ਼ਾਦੀ ਬੋਲੀ ਏ, ਹਵਾਵਾਂ ਰੁਕ ਗਈਆਂ ਨੇ, ਫਜ਼ਾਵਾਂ ਰੁਕ ਗਈਆਂ ਨੇ, ਫਰਮਾਇਆ ਨੋਏ ਕੂਫੇ ਵਾਲਿਓ ਸੁਣ ਜਾਵੋ, ਮੇਰਾ ਵੀਰ ਹੁਸੈਨ ਕੱਲ ਵੀ ਜ਼ਿੰਦਾ ਵੇ, ਮੇਰਾ ਵੀਰ ਹੁਸੈਨ ਅੱਜ ਵੀ ਜ਼ਿੰਦਾ ਏ, ਯਜ਼ੀਦ ਕੱਲ ਵੀ ਮੁਰਦਾ ਏ, ਯਜ਼ੀਦ ਅੱਜ ਵੀ ਮੁਰਦਾ ਵੇ। ਹਜ਼ਰਾਤ ਵਜੋਂ ਫਰਮਾਇਆ ਨੇ, ਜਦੋਂ ਮੇਰੇ ਇਮਾਮ ਦਾ ਸਿਰ ਇਬਨੇ ਜ਼ਿਆਦ ਦੇ ਦਰਬਾਰ ਆਇਆ ਵੇ, ਮੁਸਲਮਾਨ ਬਾਈਆ ਜੁਮਲੇ ਜ਼ਾਇਆ ਨਾ ਕਰਿਆ ਨੇ, ਮੇਰੇ ਇਮਾਮ ਦਾ ਸਿਰ ਤਖਤ ਅੰਦਰ ਰੱਖਿਆ ਹੋਇਆ, ਇੱਕ ਥਾਲ ਦੇ ਅੰਦਰ ਰੱਖਿਆ ਹੋਇਆ ਵੇ। ਇਬਨੇ ਜ਼ਿਆਦ ਦੁਨੀਆ ਦਾ ਕਮੀਨਾ ਲਾਣ ਦੀ ਬੰਦਾ ਏ, ਆਪਣੇ ਤਖਤ ਬਹਿ ਕੇ ਇੱਕ ਛੜੀ ਲੈ ਕੇ
मेरे इमाम दियां लबां ते ठोकर पिया मारदा है। हुसैन पाक दे लबां ते ठोकर मारी आ, आ मुसलमान भाई तेरे अथरों आ जाने ने। उसे दरबार के अंदर एक सहाबी बैठा है जिदा नाम हजरत ज़ैद, उठ के खड़ा हो गया है। फरमाया इबने ज़ियाद खबरदार खबरदार छड़ी पिछा कर लै, है दुनिया दिया कमीनिया तेनों पता नहीं, है कोई आम सिरे नहीं, है हुसैन का सिरे, है कोई आम बंदा नहीं, है मेरे नबी का पुत्र हुसैन। इबने ज़ियाद तेनों पता नहीं मदीने का शहर हुसैन आया जे, सुनियो यार हुसैन आया जे, मेरे नबी ने मिंबर छड़िया है, मेरे मुहम्मद ने मिंबर छड़िया है, मेरे नबी ने हुसैन चुक लिया है। फरमाया इबने ज़ियाद मैं अपनी अखां नाल मंजर वेखे आए, मुहम्मद ने लब लबे हुसैन दे रख ले ने, लबे हुसैन नू मेरा नबी जम रहा है। फरमाया दुनिया दिया बुदिया पिछा हो जा। इबने ज़ियाद नू गुस्सा आया, कह लगा ओ बुढ़िया थले बह जा, अगर मैनू तेरे बड़े पेदा लिहाज ना आता हूने तेरी गर्दन तन तो जुदा कर देंदा। फरमाया दुनिया दिया बुदिया थनू मेरे बड़े पेदा ख्याल दे आ गया, थनू मुहम्मद दी आल दा ख्याल नहीं आया, तनु जहरा दे बछड़े दा ख्याल नहीं आया, तनु ज़ैनब दे वीर दा ख्याल नहीं आया। हे ओ हुसैन जड़ा नाने दियां कंधियां ते सवारियां करदा रहा, तवज्जो, हे ओ हुसैन जड़ा सजदे अंदर नाना आंदा है, हुसैन पुछते नाना ते बह जांदा है। हे ओ हुसैन जिदे कन विच अजान मेरे नबी ने आखी आ, हे ओ हुसैन जिदे चूले नू जबरी जुलांदा रहा है। फरमाया कमीनिया छड़ी पिछा कर लै, मैं वेख रहा वा मैनू चेहरा हुसैन विचा, हेदा नाना मुहम्मद नजर आ रहा, हेदा नाना मुहम्मद नजर आ रहा है। सुनो सियालकोटियो सुल्तानी दे जुमले लै जाया ने, फरमाया ये अक्स विच नाना नजर आ रहा है। उन्हें आख्या पापा खामोश हो जा, नबी दा सहाबी उठ के खड़ा हो गया। फरमाया खामोश नहीं रह सकदा, असी खामोश नहीं रह सकते, आखन लगा ओ क्यों, इत्थे जुमले सुनिया ने, बाबा जी नबी दा सहाबी उठ के खड़ा होया, यजीद दे सामने खड़ा होया, इबने ज़ियाद दे सामने खड़ा होया, ते मेरा ईमान नाले हथ बुलंदी करदा होना है, ते नाले आंदा होना है, अहले नजर की आंख का तारा हुसैन है। एक बारी सज्जा हाथ बुलंद करके हुसैन दे ना दे, अहले नजर की आंख का तारा हुसैन है, अहले नजर की आंख का तारा हुसैन है, अहले वफा के दिल का मिलके, अहले वफा के दिल का सहारा हुसैन है। अल्लाह तेरे नसीब बुलंद करे, जड़ा ज़हरा दे पुत्र दे नाम ते बुलंद कीता ई, अल्लाह तनु किसे कमी का मुहताज ना करे, मिलके कहना ही अहले नजर की आंख का तारा हुसैन है, बाबा अहले नजर की आंख का तारा हुसैन है, अहले वफा के दिल का सहारा हुसैन, आखो एक बारी सहारा हुसैन है, अहले वफा के दिल का सहारा हुसैन है, अहले वफा के दिल का सहारा हुसैन है। कौन है, कौन है, मिल के आखो कौन है, हुसैन तेरा हुसैन मेरा, हुसैन इनका हुसैन उनका, हुसैन सबका हुसैन रब का। उन्हें क्या छड़ी पिछा करो कमीने,
ਇਹ ਲੱਭਾਂ ਤੇ ਮੈਂ ਵੇਖਿਆ ਹਜ਼ੂਰ ਲੱਭ ਰੱਖਦੇ ਰਹੇ ਨੇ, ਲੱਭੇ ਹੁਸੈਨ ਲੱਭੇ ਮੁਸਤਫਾ ਚੁੰਮਦੇ ਰਹੇ ਨੇ, ਲੱਭੇ ਮੁਹੰਮਦੀ ਚੁੰਮਦੇ ਰਹੇ ਨੇ। ਹਜ਼ਰਾਤ ਤਵੱਜੋ ਕਰਿਓ, ਕਾਫਲਾ ਇਬਨ ਜ਼ਿਆਦ ਦੇ ਦਰਬਾਰ 'ਚ ਰਵਾਨਗੀ ਹੋਈ। ਮੰਜ਼ਲਾਂ ਚੱਲਦਾ ਚੱਲਦਾ ਮੈਂ ਮੁਖਤਸਰ ਕਰਨਾ ਪਿਆ, ਚੱਲਦਾ ਚੱਲਦਾ ਕਾਫਲਾ ਸ਼ਾਮ ਔਰ ਕੂਫਾ ਦੇ ਦਰਮਿਆਨ ਇੱਕ ਬਸਤੀ ਸੀ, ਈਸਾਈਆਂ ਦਾ ਗਿਰਜਾ ਘਰ ਹੈ, ਈਸਾਈਆਂ ਦਾ ਪਾਦਰੀ ਹੈ, ਆਪਣੇ ਗਿਰਜੇ ਦੇ ਅੰਦਰ ਬਹਿ ਕੇ ਇਬਾਦਤ ਦੇ ਅੰਦਰ ਮਸ਼ਗੂਲ ਹੈ। ਬਾਬਾ ਗਲੀ ਦੇ ਵਿੱਚੋਂ ਦੀ ਕੋਈ ਸ਼ੋਰ ਹੋਵੇ, ਗਲੀ ਦੇ ਵਿੱਚੋਂ ਦੀ ਕੋਈ ਗੁਜ਼ਰਦਾ ਹੋਵੇ ਅਤੇ ਬੰਦਾ ਆਪਣੀ ਛੱਤ 'ਤੇ ਖੜ੍ਹਾ ਹੋਵੇ ਅਤੇ ਬੰਦਾ ਵਹਿੰਦਾ ਤਾਂ ਹੈ ਨਾ ਵੀ ਥੱਲੇ ਕੀ ਮਾਮਲਾ ਹੈ, ਕੀ ਸ਼ੋਰ ਹੈ। ਬਾਬਾ ਯਜ਼ੀਦੀ ਨਾਰੇ ਮਾਰਦੇ ਪਏ ਨੇ, ਯਜ਼ੀਦ ਜਿੱਤ ਗਿਆ। ਯਜ਼ੀਦ ਨੂੰ ਆਖਣ ਲੱਗੇ ਅਮੀਰ ਉਲ ਮੋਮਿਨੀਨ, ਨਾਊਜ਼ ਬਿੱਲਾ ਅਸਤਗਫਿਰੁੱਲਾ, ਅਮੀਰ ਉਲ ਮੋਮਿਨੀਨ ਯਜ਼ੀਦ ਬਾਜ਼ੀ ਜਿੱਤ ਗਿਆ, ਜੰਗ ਜਿੱਤ ਗਿਆ। ਹਜ਼ਰਾਤ ਤਵੱਜੋ ਫਰਮਾਇਆ ਜੇ, ਉਹ ਜਿਹੜਾ ਈਸਾਈਆਂ ਦਾ ਪਾਦਰੀ ਸੀ ਨਾ, ਗੱਲ ਜ਼ਰਾ ਦਰਦੇ ਦਿਲ ਨਾਲ ਸੁਣੀ, ਤੇਰਾ ਈਮਾਨ ਤਾਜ਼ਾ ਹੋ ਜਾਏਗਾ, ਤੈਨੂੰ ਪਤਾ ਲੱਗੇ ਮੈਂ ਕੁਛ ਸੁਣ ਕੇ ਆਇਆ। ਉਹਨੇ ਆਪਣੀ ਖਿੜਕੀ ਖੋਲ੍ਹੀ, ਸ਼ੋਰ ਕੰਨ ਦੇ ਵਿੱਚ ਪਿਆ ਨਾ, ਆਪਣੀ ਖਿੜਕੀ ਖੋਲ੍ਹੀ ਅਤੇ ਵੇਖਿਆ ਕਿ ਇੱਕ ਕਾਫਲਾ ਆ ਰਿਹਾ ਜਿਨ੍ਹਾਂ ਦੇ ਨਾਲ ਛੋਟੀਆਂ ਛੋਟੀਆਂ ਬੱਚੀਆਂ ਵੀ ਨੇ, ਮਸਤੂਰਾਤ ਵੀ ਨੇ, ਸੈਯਜ਼ਾਦੀਆਂ ਵੀ ਨੇ। ਬਾਬਾ ਕਸਮ ਖੁਦਾ ਦੀ ਮੈਂ ਜ਼ੁਲਮ ਦੱਸਾਂ, ਦਿਲ ਫਟ ਜਾਂਦੇ ਨੇ। ਬਗੈਰ ਪਲਾਨਾ ਤੋਂ ਸੈਯਜ਼ਾਦੀਆਂ ਨੂੰ ਸਵਾਰ ਕੀਤਾ ਗਿਆ ਊਂਠਾਂ ਦੀਆਂ ਪੁਸ਼ਤਾਂ 'ਤੇ, ਬਗੈਰ ਪਲਾਨਾ ਤੋਂ, ਬਗੈਰ ਕੱਪੜਿਆਂ ਤੋਂ। ਉੱਤੇ ਕੋਈ ਕੱਪੜਾ ਨਹੀਂ ਪਾਇਆ ਗਿਆ, ਕੋਈ ਪਲਾਨ ਨਹੀਂ ਪਾਇਆ ਗਿਆ। ਉਸ ਬੰਦੇ ਨੂੰ ਪਤਾ ਜਿਹੜਾ ਬੰਦਾ ਊਂਠ ਦੀ ਸਵਾਰੀ ਕਰਦਾ ਕਿ ਮੈਂ ਕਿਹੜੀ ਗੱਲ ਪਿਆ ਕਰਨਾ। ਹਜ਼ਰਾਤ ਵੱਜੋ ਕਰਿਆ ਜੇ, ਉਹਨੇ ਵੇਖਿਆ ਕਿ ਕਾਫਲਾ ਆ ਰਿਹਾ, ਅੱਗੇ ਅੱਗੇ ਢੋਲ ਪੇ ਵੱਜਦੇ ਨੇ, ਝੰਡੇ ਲਹਿਰਾਏ ਨੇ। ਉਹਨੇ ਨਾ ਖਿੜਕੀ ਖੋਲ੍ਹੀ, ਤਬਕਾਤ ਇਬਨੇ ਸਾਦ ਪੜ੍ਹ ਕੇ ਵੇਖ, ਤਰੀਖੇ ਕਰਬਲਾ ਪੜ੍ਹ ਕੇ ਵੇਖ, ਇਬਨੇ ਹਸ਼ਾਮ ਪੜ੍ਹ ਕੇ ਵੇਖ। ਮੈਂ ਹਵਾਲੇ ਦੇ ਰਿਹਾ ਕਿਤਾਬਾਂ ਦੇ ਜੁਮਲੇ ਸੁਣਿਓ। ਬਾਬਾ ਉਹ ਹੈ ਈਸਾਈ ਸੀ ਪਰ ਹੈ ਗੈਰਤ ਵਾਲਾ ਸੀ। ਹੈ ਕੌਣ ਸੀ? ਗੈਰਤ ਵਾਲਾ ਹੈ ਤੇ ਈਸਾਈ ਸੀ ਨਾ, ਹਜ਼ਰਤ ਈਸਾ ਨੂੰ ਮੰਨਣ ਵਾਲਾ, ਪਰ ਹੈ ਗੈਰਤ ਵਾਲਾ ਸੀ। ਇੰਜ ਖਿੜਕੀ ਖੋਲ੍ਹੀ, ਤਵੱਜੋ, ਖਿੜਕੀ ਖੋਲ੍ਹ ਕੇ ਨਾ ਐਂ ਥੱਲੇ ਜੋ ਕੇ ਵੇਖਿਆ ਇੱਕ ਕਾਫਲਾ ਬੜਾ ਵੱਡਾ ਆ ਰਿਹਾ, ਫੌਜੀ ਨਾਲ ਨੇ, ਸਿਪਾਹੀ ਨਾਲ ਨੇ, ਨਾਰੇ ਵੱਜਦੇ ਪਏ ਨੇ, ਢੋਲ ਢਮੱਕਾ ਹੋ ਰਿਹਾ, ਨਾਰੇ ਯਜ਼ੀਦ ਦੇ ਪਏ ਵੱਜਦੇ ਨੇ। ਕਹਿੰਦਾ ਮੈਂ ਪੂਰੇ ਕਾਫਲੇ ਵੱਲ ਨਜ਼ਰ ਮਾਰੀ, ਇੱਕ ਐਸਾ ਨੇਜ਼ਾ ਸੀ ਜਿਹੜਾ ਸਾਰਿਆਂ ਨੇਜ਼ਿਆਂ ਤੋਂ ਬੁਲੰਦ ਨੇਜ਼ਾ ਸੀ। ਮੈਂ ਆਖਿਆ ਯਜ਼ੀਦ ਲੱਖ ਲਾਨਤੀ, ਹੁਸੈਨ ਦਾ ਸਿਰ ਕਲਮ ਕਰ ਦਿੱਤਾ ਜੀ, ਅੱਜ ਵੀ ਹੁਸੈਨ ਦਾ ਸਿਰ ਬੁਲੰਦ ਹੋ ਕੇ ਦੱਸਦਾ ਪਿਆ ਅਸੀਂ ਕੱਲ੍ਹ ਵੀ ਆਲਾ ਸਾਂ, ਅਸੀਂ ਅੱਜ ਵੀ ਆਲਾ, ਹਾਏ 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 ਹਾਏ, ਅਸੀਂ ਕੱਲ੍ਹ ਵੀ ਬੁਲੰਦ ਸਾਂ, ਅਸੀਂ ਅੱਜ ਵੀ। ਸੁਣੋ ਸਿਆਲਕੋਟ ਜੋ ਜੁਮਲੇ ਸੁਣਿਆ ਜੇ, ਉਹਨੇ ਨਾ ਨਜ਼ਰ ਮਾਰੀ, ਨਜ਼ਰ ਮਾਰਦਾ 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 ਜਦੋਂ ਉਹ ਹਜ਼ਰਤ ਇਮਾਮ ਹੁਸੈਨ ਦਾ ਸਿਰ ਨੇਜ਼ੇ 'ਤੇ ਟੰਗਿਆ ਹੋਇਆ ਸੀ, ਉਹਨੇ ਨੇਜ਼ੇ 'ਤੇ ਨਜ਼ਰ ਗਈ ਨਾ ਅਤੇ ਨੇਜ਼ੇ 'ਤੇ ਵੇਖਿਆ ਅਤੇ ਸਿਰ, ਉਹਨੇ ਕਿਹਾ ਇਹ ਕਿਹੜੀ ਜੰਗ ਹੈ, ਇਹ ਕਿਹੜੀ ਜੰਗ ਹੈ ਕਿ ਜਿਨ੍ਹਾਂ ਦੇ ਨੇਜ਼ਿਆਂ ਦੇ ਉੱਤੇ ਮਾਸੂਮ ਬੱਚਿਆਂ ਦੇ ਵੀ ਸਿਰ ਨੇ, ਬਜ਼ੁਰਗਾਂ ਦੇ ਵੀ ਸਿਰ ਨੇ, ਅਤੇ ਸਾਰਿਆਂ ਸਿਰਾਂ ਵਿੱਚੋਂ ਇੱਕ ਸਿਰ ਐਸਾ ਹੈ ਜਿਹੜਾ ਸਭ ਨਾਲੋਂ ਵੱਖਰਾ ਨਜ਼ਰ ਆ ਰਿਹਾ ਹੈ, ਸਭ ਨਾਲੋਂ ਵੱਖਰਾ, ਸਭ ਨਾਲੋਂ ਅਲਮੋਲ, ਸਭ ਨਾਲੋਂ ਅਜੀਬ ਨਜ਼ਰ ਆ ਰਿਹਾ। ਸੁਣੋ ਲੋਕੋ, ਉਹਨੇ ਨਾ ਈਸਾਈਆਂ ਦੇ ਬਾਦਰੀ ਨੇ ਨਜ਼ਰ ਮਾਰੀ ਸਰੇ ਹੁਸੈਨ ਵੱਲ, ਵਾਹ ਹੁਸੈਨ ਵਾਹ ਹੁਸੈਨ ਯਾ ਹੁਸੈਨ, ਅੱਲਾ ਤੇਰੇ ਸਦਕੇ ਆ ਜਿੰਨੇ ਆਏ ਨੇ ਇਹਨਾਂ ਦੀ ਬਖਸ਼ੇ ਫਰਮਾ ਛੱਡੇ, ਅੱਲਾ ਸਾਡੀ ਬਖਸ਼ਿਸ਼ ਫਰਮਾ ਛੱਡੇ ਜਿੰਮੇ ਜੁੰਮੇ 'ਚ ਆਏ ਨੇ। ਸਰੇ ਹੁਸੈਨ ਵੱਲ ਵੇਖਿਆ, ਹਜ਼ਰਾਤ ਤਵੱਜੋ ਫਰਮਾਇਆ ਜੇ, ਹੈ ਈਸਾਈ ਹੈ ਪਰ ਨਜ਼ਰ ਪੈ ਗਈ। ਜਦੋਂ ਦਿਲ ਦੀ ਕਿਸਮਤ ਬਦਲਣੀ ਹੋਵੇ ਤਾਂ ਅੱਲਾ ਚੰਗਿਆਂ ਦੇ ਲੜ, ਅੱਲਾ ਨੇਕਾਂ ਦੇ ਲੜ, ਅੱਲਾ ਚੰਗਿਆਂ ਦੇ ਲੜ। ਬਾਬਾ ਜੀ ਈਸਾਈਆਂ ਦੇ ਪਾਦਰੀ ਨੇ ਪੂਰੇ ਕਾਫਲੇ ਵੱਲ ਨਜ਼ਰ ਮਾਰੀ ਹੈ, ਸਰੇ ਹੁਸੈਨ ਨਜ਼ਰ ਆਇਆ ਏ, ਹੁਣੇ ਕੰਨ ਲਾਇਆ ਏ, ਹਰ ਪਾਸੇ ਸ਼ੋਰ ਦੀ ਆਵਾਜ਼ ਏ, ਇੱਕ ਸਿਰ ਐਸਾ ਏ ਜਿਹਦੇ ਨਾਲ ਜਿਸਮ ਕੋਈ ਨਹੀਂ, ਆਏ ਹਾਏ ਜਿਹਦੇ ਨਾਲ ਤਨ ਕੋਈ ਨਹੀਂ। ਬਾਬਾ ਜੀ ਸਰੇ ਹੁਸੈਨ ਲੱਭ ਪੇ ਹਿਲਦੇ ਨੇ, ਲੱਭ ਹਰਕਤ ਪੇ ਕਰਦੇ ਨੇ, ਈਸਾਈਆਂ ਦੇ ਪਾਦਰੀ ਨੇ ਕੰਨ ਕੀਤਾ ਏ, ਕੰਨ ਤਵੱਜੋ ਨਾਲ ਸੁਣਿਆ ਏ, ਵਿੰਦਾ ਕੀ ਏ, ਸਰੇ ਹੁਸੈਨ ਕੁਰਾਨ ਪਿਆ ਪੜਦਾ, ਸਰੇ ਹੁਸੈਨ ਕੁਰਾਨ ਦੀ ਤਿਲਾਵਤ ਕਰ ਰਿਹਾ ਏ। ਮੇਰਾ ਇਮਾਨ ਆਉਂਦਾ ਸਰੇ ਹੁਸੈਨ ਵੀ ਜਾਓ, ਲੱਭੇ ਹੁਸੈਨ ਵਿੱਚੋਂ ਆਵਾਜ਼ ਆਈ ਆਉਣੀ ਏ, ਯਾਸੀ ਵਲ ਕੁਰਾਨ।
الحكيم إنك لمن المرسلين سر حسين وچوں آواز آ رہی ہے یا أيها الذين آمنوا استعينوا بالصبر والصلاة إن الله مع الصابرين سر حسین وچوں آواز آ رہی ہے ہن کان نیڑے کیتے نے قرآن دیاں آوازاں آ رہی نے بابا جی سائیاں دا پئی پادری جتی لا لئیے توڑ کے تھلے آیا ہے کہن لگا اس قافلے دا امیر کون ہے ہن آکھیا او شمر امیر ہے بابا جی سائیاں دا پادری شمر کول گیا ہے کہن لگا شام پی گئی ہے قافلہ کتھے جا رہا ہے ہن آکھیا اسی یزید دربار جا رہے ہیں انہیں آخیا یہ قافلہ کی دائیں جنگ کی دی ہوئی ہے جتیا کون ہے سنی جنگ کی دی ہے جتیا کون ہے شمر کہن لگا یہ دو شہزادیاں دی جنگ ہوئی ہے آکھن لگا شہزادے کون ہے کہن لگا ایک شہزادہ شام اندر ہے ایک شہزادہ مدینے جو آیا ہے جدو مدینے دا نام سنیا پادری دا جسم کم گیا ہے کہن لگا شمرا مینو مدینے دے شہزادے دا نام دس کون ہے شمر کہن لگا تینوں کی چاہیے ہے تینوں کی لوڑ پچھن دی انہیں آخیا خدا دا واسطے مینو دس یہ کون شہزادہ ہے شمر کہن لگا عیسائیاں دے پادری نو آندا حسین سنیا انہیں آخیا میں کسے حسین نو نہیں جاندا میں ایک حسین نو جاننا وا جدا نانا نبیاں دا سردار ہے جدا نانا نبیاں دا امام ہے میں ایک حسین جاننا وا جدی مہاں دی چکی جبریل جلاندا رہیا ہے میں ایک حسین دا واقف ہاں جدے جولے نو جبریل جلاندا رہیا ہے جدے باپے دا نام علی توجہ جدی ماں دا نام زہرا ہے انہیں آخیا ہاں 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 اے اوئی حسین ماذا اللہ باغی بن کے آیا ہے فرمایا لکھ لعنت تیرے دے اوئے ہووے حسین باغی نہیں ہو سکدا ہدیاں رگاں وچ سیدہ دا خون چلدا ہدیاں رگاں وچ سیدہ زہرا دا بولو سیدہ زہرا دا ایتھے کوئی چودھری دا پتر ہوئے تے او نہیں جھکدا کونسلر دا پتر ہوئے تے او دی آکڑ نہیں پائی جاندی تے جیڑا مولا علی دا پتر ہے جڑا شیر خدا دا پتر ہو جھک سکدا سی جدا نانا نبیاں دا سردار ہوئے اور جنہ دی پاگ دا شملہ کسے ورگا نہ ہوئے جنہ دے دادے دی پاگ دا شملہ نانے دی پاگ دا شملہ آلہ ہے او حسین ابن علی اس نے عیسائیاں دے پادری نے بابا جی توجہ کرے وہ جان گیا کہ اے اوہی حسین ہے اے اوہی حسین ابن علی شمر نو کہن لگا رات پہ گئی ہے تے رات تسی کہو ایتھے ہی انتظار کرو ایتھے رہو صبح ہو گئی تے کے چلے جایا جائے تے تہاڈا کھانا وی میری طرفوں اے صرف جملے سنیو عیسائیاں دا پادری بس ایمان جاگنا سی نا جی قسمت جاگنی سی عیسائیاں دا پادری ساری زندگی عیسائیت مذہب وچ رہن والا رات ایتھے رہو کھانا وی میری طرفوں بسترے وی میری طرفوں صبح چلے جایا جائے انہاں کہیا ٹھیک ہے جدو بابا جی رات پئی نا سون دیاں تیاریاں کرن لگا سارا قافلہ عیسائیاں دا پادری آ گیا شمر کول کہن لگا تیرے نال ایک سودا کرنا ہے توجہ کریں تیرے نال ایک سودا کرنا ہے کریں گا کہن لگا تو بزرگ ہیں چٹی ریش تیری چٹی داڑھی ہے کی گل کرنی ہے گل کر کھول کے گل کر آندا اے جس حسین دا سر قلم کر کے لے کے آیا ایک رات مینوں دیں گا بابا تقریر کرنی سوکھیاں نے تقریر سن کے اٹھ کے ٹر جانا سوکھا ہے اندروں دلوں پڑھنا تے دلوں سننا اوکھا ہے ایک رات مینو سرے حسین دویں گا انہاں کہا نا 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 یہ کام نہیں ہونا اسی تے بڑی حفاظت نہ لے کے جا رہے ہیں یزید دربار سانوں انعام ملنا ہے سرے حسین تے لانتیاں نو انہیں کیا وہ سمجھ گیا نا دنیا دا لالچی ہے لالچی جدو انسان ماریا جاندہ لالچی ماریا جاندہ ہے ادھر توجہ کرو
बाबा जी कैसी गल है, बंदा सड़क पर जाता हों तो पुलिस वाला उन्होंने हाथ करा कहना तेरा चलान करना की करना की करना, वो बंदा 200 कट के उन्होंने देता, वो चलान भी भुल जाता, भुलते हैं कि नहीं भुलते जी, इंसान लालच कर जाता ना, वो कह वो अंदर ये होंगे कि जेड़ा हुकूमत को पैसा जाना, चलो 500 हुकूमत जाएगा, उन्होंने की पता 200 मैं अपनी जेब च पा लैना, है तो नजायज़ है ना जी, है तो हराम है ना जी। उन्होंने वेख लिया ईसाइया के पादरी ने कि दुनिया का लालची है, दुनिया का कमीना लालची है, इन्हें लालच न आ जाना गल में। उन्हें कहा शिमर गल सुन, तू तो मैं ही हाँ, तीसरा बंदा कोई नहीं, एक रात मैनू सरे हुसैन दे, सुबह नाल लै जाई। उन्हें कहा नहीं, ये नहीं हो सकता, किसी सूरत भी नहीं हो सकता। जदों ईसाइया के पादरी ने आख्या ना, मूँह मंग की चाहिए, हाय 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 मूँह मंग, और दुनिया के कुत्ते हो तुम सरे हुसैन की भी कीमत लाई है, मूँह मंग की चाहिए। कहन लगा तेरे को है की है, उन्हें कहा मंग के वेख, तू सरे हुसैन की कीमत पर मंगना, मंग के वेख। उन्हें कहा इन्हें 1000 दे तो सरे हुसैन ले लै, कोई गल नहीं, एक रात की गल है, सुबह असा लैके टुर जाना। हजरात तवज्जो फरमाया जे, उन्हें जो एक रात की कीमत दिती, सरे हुसैन लिया। बाबा क्या किस्मत सी यार उस ईसाई पादरी की, जिदे वेड़े अज नबिया के सुल्तान का पुत्र हुसैन आ रहा है, जिदे वेड़े नबिया के सुल्तान का शहजादा आ रहा है। बाबा जी मैं कीता पाए अंदर पड़िया है, सरे हुसैन लैके गुसल देंदा जे, मेरे इमाम दिया जुल्फां च कंघियां करदा है, मेरे इमाम की पेशानी चमदा है। आंदा हुसैन किस्मत माड़ी आ, हज तियां रुल गईयां नी, हज तियां रुल गईयां नी, हज बाजारां च आ गईयां नी, हज सकीना भी रौंदी आ। हुसैन मदीने आले जान देने तेरा मकाम की है, हे कंबद खजरा आला तेरा नाना जानदा है हुसैन की है। रबे आबादी कसम रोहन वाले जुमले सुने रे, सारी रात सरे हुसैन लै गए, नाले रोंदा रहा जे, नाले हाथ बनदा रहा है। आंदा मुसलमाना बड़ा जुलम कमाया जे, हे अपने नबी दी आल जिबा कर छड़ी जे, हे अपने मुहम्मद दे बच्चे जिबा घर छड़े जे, हे बड़ा वड्डा जालम जुलम कमाया रे, सारी रात रोंदा रहा है। लबे हुसैन हथ ला के चुमदा रहा है, मेरे इमाम दिया जुल्फां सवारियां करदा है। बाबा जी कदी दाड़ी च कंगियां करदा है, आंदा नहीं हुसैन तेरी मां तो कुर्बान हो जा, है जिन्ने पुत्र हुसैन वर्गा जमिया है। हुसैन तेरी आवाज तेरे नाने दी आवाज, तेरी शक्ल तेरे नाने दी शक्ल है। आओ बूंगे दी जामिया मस्जिद च बहन आलियो, खड़े आने आलियो। बाबा जी जदों सरगी वेला होया है, सरे हुसैन सामने रख के रोई जा रहे हैं, रोई जा रहे हैं। मियां मुहम्मद बख्श रहमतुल्लाह अलैह ऐ खड़ी दा ताजदार बाबा तरफे आए, ते मियां साहब आंदे ने नाले रोंदा है, नाले हथ बन के आंदा हिजर तेरा छे पानी मंगे खोने ना दे, आए हाय खोने ना दे खेड़ा है जी करदा है, तेनु समय ने बैठा के थे मैं दर्द पुराने छेड़ा। इधरों सरगी दा वेला आई, मुसलमान भाइयों जुमले लै जाया रे, इन्हें सरे हुसैन अगे हाथ बन लेने, आंदा या हुसैन वेला थोड़ा रह गया है, तुसा टुर जाना है, मुसाफरा लंघ जाना है, असा रह जाना है। हुसैन अज मेरे वेड़े आया है, अज गुनाहगार की गुली च आया है। बाबा जी अखां बंद करके रो रहे आए, अचानक लबे हुसैन बिच हरकत आई है, अचानक मेरे इमाम दे लब हिले ने, तवज्जो जी, अचानक मेरे इमाम दे लबां च हरकत आई है। इन्हें अखां खोल के लबे हुसैन वल वेखे आए, जहरा दे पुत्र दे लबां विचों आवाज आई है, ओए ईसाइयां दे आ पादरिया तेरी किस्मत चंगी है, अली दा पुत्र तेरे वेड़े आ गया।
तेरे नसीब चंगे ने हुसैन तेरी गुली च आया है हुसैन तेरे गिरजा घर बिच आया है ईसाइया का पादरी कंबल लग पे आए आखन लगा हुसैन बगैर तन तुम्हें बोलना है बगैर जिसम तुम्हें बोलना है फरमाया मैं ओदी उलादा मेरा नाना इशारा करे पत्थर बोल पैंदे मेरा नाना तवज्जो मेरा नाना इशारा करे दरखत बोल देने मेरा नाना इशारा करे गोंगे बोल देने इसे वास्ते अलल इलाना ना ओ गोंगे आनो कल्ला करा जाने दाए तवज्जो जी ओ गोंगे आनो कल्ला जानदा है हो अने बोले आनो बुला जानदा है ओ पथिरान कल में पड़ा जानदा है ओ पथिरान कल में पड़ा जानदा है ओ पादरियां नाने दा कलमा पढ़ा जानदा है फरमाया पढ़ मेरे नाने दा कलमा इधर देखी ईसाई पैरां च डिग पिया हाथ बन लेने आखन लगा हुसैन बोल तू जो आखेगा मैं करांगा तू जो बोलेगा मैं पढ़ांगा फरमाया पढ़ फिर ला एक बारी कलमे दा वीर्द करो अपनी जुबान नाल सारा मजमा फड़ला ला इस कलमे तेरा जेने यारे क्या बात है यार थोड़ी मेहरबान देखी इस गल में तेरा जने यारे ने इस डोबे दे बेड़े तारे ने इस डोबे दे बेड़े तारे ने सानू दसिया नबी प्यारे फड़ोला एला तुहाड़ी आवाज आनी चाहिए एक बारी फड़ोला हक ला मस्जिद गवाही दवे जुम्मे वाले दिन बह के आंदे सन फड़ोला हक ला ला सच ला ला मेरे इमाम ने फरमाया पढ़ कलमा जो करी इश्क दे वेड़े पढ़ कलमा ईसाइयां दा मौलवी पादरी कलमा पढ़दा जांदा है अथरू वगांदा जांदा है उधरों दिन चढ़ गया शिमर आवाज मारी साडा सिर ते असा जाना है आए हाय इंज पादरी ने हाथ जोड़ ले आंदा हुसैन मैं तेरे नाने दा उम्मती बन गया वा आए हाय हुण पादरी नहीं रहा हुण तेरे नाने दा उम्मती ते गुलाम बन गया वा उधरों आवाजा पियां आउंदियां ने सिर लैके बन्नेया सिर हुसैन लैके बन्नेया इंज बाबा जी मुसलमान हो के मेरे इमाम दी पिशानी ते लब रख के रो के कहंदा आना इतनी भी जल्दी क्या है जरा ठहर जाइए इतनी भी जल हर बंदे ने शेर दी समझ नहीं आनी मैं की कहना इतनी भी जल्दी क्या है
ज़रा ठहर जाइए, इतनी भी जल्दी क्या है, ज़रा ठहर जाइए। लबे हुसैन जो आवाज आई, हुण घबराना, असी इत्थे भी तेरे सामणा, असी उत्थे भी तेरे सामणा, असी इत्थे भी तेरे हाँ ते असी उत्थे भी, बोलो उत्थे भी तेरे हाँ। बस गल मुक गई, तवज्जो करो जी। हुसैन पाक दा सिर लैके बन्ने आया, कहन लगा शिमर तैनू एक गल मैं कह छड़ा। कहन लगा कह। कहिंदा तुसीं बर्बाद हो गए हो, तुसीं कम बहुत बुरा कर छड़िया, बर्बाद हो गए हो। यजीद नूं जाके कह दई बर्बाद हो गए हो, तुहाडे ते मदीने आला मुस्तफा नाराज़ हो गया, तुहाडे ते मदीने दी जनाबे ज़हरा नाराज़ हो गईयां ने, मौला अली नाराज़ हो गए ने। उन्हें क्या गल्लां नूं सुणा सिर दे। बाबा जी सिर लै के यजीद दे दरबार पहुँचिया, उधरों बड़ा इंतजाम किया गया, डोल ठमके का, नारियां का, कि अज काफला आ रहा है, यजीद की जित लैके आ रहा है, फौजी आ रहे ने सरे हुसैन लैके। बाबा तवज्जो करी, जो यजीद दरबार एक काफला पहुँचया जनाब सईदा ज़ैनब सलामुल्लाह अलैह दा, यजीद इमाम सजाद नूं कहन लगा, तवज्जो करियो, इमाम ज़ैनुल आबेदीन जड़े बीमार सन ना मेरे हुसैन पाक दे पुत्र, कहन लगा सजाद ज़ैनुल आबेदीन, अली ना सी उन्हां दा, अलीओस अज वेख यजीद का दरबार लगे। पूरी दुनिया के सफीर आके दरबार के बैठे हुए सन, क्योंकि हुकूमत सी ना शाम के अंदर यजीद की, सफीर बाहरों भी दूसरे मुल्कों के भी आए। कहन लगा अलीओस हुण दस तेरा बाबा जितया कि या यजीद जितया। तवज्जो करी, अजे उन्हें गल मुकम्मल नहीं की, तो मस्जिद चो अजान की आवाज़ आई, आए हाय हाय, जिदे दिल नूं गल लगी है, तवज्जो, अजान मुअज्जन मस्जिद के अंदर अजान दे रहा है, सारे खामोश हो गए। यजीद भी एहतराम पे करता है यजीद अजान का, तो वेखो सच्चा होने वास्ते ना अपने आप नूं ठीक रखने वास्ते भी मैं बड़ा अदब करने वाला वा। जो मुअज्जन ने बाबा जी अल्लाहु अकबर अल्लाहु अकबर अल्लाहु अकबर अल्लाहु अकबर दियां सदावां बुलंद कीतियां, पूरा मजमा साकत, पूरा दरबार खामोश है, हर बंदा खामोश अजान सुनता पे। अचानक जो मुअज्जन ने आखे ना अशहदु अन्ना मुहम्मद अर रसूलुल्लाह, इंज अली दा पुत्र उठे है, हाय हाय हाय, जिदे दिल विच हुसैन है। इधर तवज्जो फरमाया जे, रब्बे काबा दी कसम है सारी जिंदगी तेरे दिल च तमन्ना है। जुमले सुने हुसैन दा पुत्र उठिया, दरबार सारा यजीद नूं छड़ के सजाद वल वेखन लग पिया। अली दा पुत्र उठ के फरमान लगा, यजीद सुन ले, मेरा नाम है अली है, साडा छोटा भी अली है, साडा वड्डा भी अली है, मेरे वीर का नाम अली अकबर है, मेरे छोटे वीर का नाम अली असगर है, मेरा नाम अली ओसे, सुन ले, अज जड़ी अजान पी होंदी है, एदे विच जेड़ा मुअज्जन ना पिया लैंदा है, सारी मुल्क नू सारी दुनिया नू दस दे, मुहम्मद तेरा नाना है या मेरा नाना है, मुहम्मद तेरा रिश्तेदार है या मुहम्मद मेरा लगदा है। यजीद खामोश हो गया है, कह लगा मुहम्मद तेरा नाना है। फरमाया फिर कमीनिया सुन ले, तू जित के भी हार गया है, मेरा बाबा हुसैन शहीदों के भी जित गया है, जित गया है। बाबा जी जुमले सुनिया जी, यजीद खामोश हो गया है, अली दा पुत्र तकरीर पिया करदा है, अली दा शहजादा गल पिया करदा है। फरमाया मेरे अंदर अली दा खौन है, मेरिया रगा विच जनाबी अली दा खौन है, मेरिया रगा विच हुसैन दा खौन है, असी ना कल चुके सा ना अज चुकांगे, असी कल भी नहीं झुके तो असी अज भी। काफला बाबा जी, यजीद कहन लगा की चाहिए जे, उन्हें क्या कुछ नहीं तेरे को चाहिए, मदीने जाना है। एक काफला यजीद दरबार चो मदीने आ रहा है,
अज मदीने दे लोग इस्तकबाल वास्ते खड़े ने, हुसैन पाक दा काफला आ रहा है। नहीं सी पता ये लुटिया होया काफला आ रहा है। इहदे नाल अली अकबर कोई नहीं, सुगरा सुबह दियां तैयारियां भी कर दी है, मेरा वीर अली अकबर। सहेलियां नू कहंदी है, अज मेरा वीर आ रहा है, अज मेरा वीर अली अकबर आ रहा है, मैं बड़ी तैयारी की थी। तो बाबा जी छोटे छोटे कपड़े ना सहेलियां नू विखा के सजदा सुगरा कहंदियां ने, ए मैं अली असगर दे सीते होए जे, मैं हुंदियां ही अली असगर नू चूमांगी, प्यार करांगी, कपड़े बदलांगी। किन्नी देर हो गई है वीरां कोल जुदाई पाया, किन्ना अरसा हो गया, पता नहीं अली अकबर किहो जिहा दिखदा होना, पता नहीं अली असगर किहो जिहा दिखदा होना। मेरे वीर ने तवज्जो करिया जी, बाबा जी काफला मदीने आया, सारे लोग जनाब इमाम ज़ैनुल आबिदीन दे कोल कहन लगे, बाबा हुसैन किथे ही, अली अकबर किथे, सुगरा इंतजार भी कर दी सुबह दी। रो के कहन लगे, सानू कुछ ना आखो, जनाब सईदा ज़ैनब नाल लैके ना जांदे, सब नाल पहला नाने दे रोजे ते गई हूं। बाबा उदों मदीने अंदर कोहराम बरपा होया जदों सैयद जादी अपने नाने दे कदमां विच बह के रो रो के सारी गल सुना रही है। ते मैं ध्याना, कहा ज़ैनब ने नाना, कहा ज़ैनब ने नाना, मैं दी तेरा बचाई, कहा ज़ैनब ने नाना, कहा ज़ैनब ने नाना, मैं दी तेरा बचाई, हुसैन देके अली देके, हुसैन देके। आखिरी मिसरा जे जिंदगी रही तो फिर अगू वाक्य करबला, अगली साल जिंदगी रही साथ जदे, कहा ज़ैनब ने नाना, मैं दी तेरा बचाए, हुसैन देके अली देके, हुसैन देके अली देके, मैं कुरान तेरा बचाए, हुसैन देके अली देके, हुसैन देके अली देके, कुरान तेरा बचाए। अल्लाह पाक दी पाक बारगाह अंदर दुआ गोवा, मेरे अल्लाह पहले जुम्मे तो लैके ऐ आखिरी जुम्मे तक जो असां सजदां दा जिक्र किया, मेरे अल्लाह इन्हां जिहड़े जिहड़े बंदे सारे जुम्मियां विच शरीक होए, जिहड़े अज आए ने, मेरे अल्लाह हुसैन पाक दे सरे दा वास्ता, हुसैन पाक दी शहादत दा वास्ता, या अल्लाह साडियां हाजरियां कबूल फरमाई, साडियां तकरीरां कबूल फरमाई, साडा बैठना कबूल फरमाई। कि मुहम्मद से वफा तू ने तो हम तेरे हैं, ये जहाँ चीज़ है क्या, लोहो कलम तेरे हैं। आमीन वमा अलैया।